ਮੇਰੇ ਭਰਾ, ਮੇਰੀ ਭੈਣਾਂ, ਜਦੋਂ ਅੱਜ ਮੈਂ ਇੱਥੇ ਆਇਆ ਤਾਂ ਮੈਨੂੰ ਆਪਣੇ ਨਾਨਾ ਜੀ ਯਾਦ ਆਏ, ਕਿਉਂਕਿ ਉਹਨਾਂ ਦਾ ਜਨਮ ਵੀ ਪਾਕਿਸਤਾਨ ਦੇ ਵਿੱਚ ਸੀ। ਤਾਂ ਮੈਨੂੰ ਦੱਸਦੇ ਸੀ ਜਦੋਂ ਮੈਂ ਬੜੀ ਛੋਟੀ ਉਮਰ ਦਾ ਹੁੰਦਾ ਸੀਗਾ, ਬੜੀ ਪਿਆਰੀਆਂ ਕਹਾਣੀਆਂ, ਕਿੰਨੀ ਪਿਆਰੀ ਧਰਤੀ ਸੀ, ਆਪਣੇ ਬਚਪਨਾਂ ਬਾਰੇ ਦੱਸਦੇ ਸੀ। ਸੋ ਜਦ ਇੱਥੇ ਆਉਂਦਾ ਤਾਂ ਮੈਂ ਬਜ਼ੁਰਗਾਂ ਨੂੰ ਮਿਲਦਾ, ਤੁਹਾਡੇ ਨਾਲ ਗੱਲਬਾਤ ਕਰਦਾ, ਮੈਨੂੰ ਆਪਣੇ ਨਾਨਾ ਜੀ ਯਾਦ ਆਉਂਦੇ ਆ। ਤਕਰੀਬਨ 50 ਸਾਲ ਹੋ ਗਏ, 50 ਸਾਲ ਤੋਂ ਉੱਪਰ ਹੋ ਗਏ ਆ ਅਹਿਮਦੀਆ ਕਮਿਊਨਿਟੀ ਨੂੰ ਇੱਥੇ ਕੈਨੇਡਾ ਦੇ ਵਿੱਚ। ਸਾਡੇ ਪਰਿਵਾਰ ਨੂੰ ਵੀ, ਮੇਰੇ ਫਾਦਰ ਜੀ, ਮੇਰੇ ਪਿਤਾ ਜੀ ਨੂੰ ਵੀ 40 ਸਾਲ ਤੋਂ ਉੱਪਰ ਹੋ ਗਏ ਇੱਥੇ ਆਏ ਨੂੰ। ਤਾਂ ਮੈਨੂੰ ਪਤਾ ਆ, ਮੈਂ ਕਹਾਣੀਆਂ ਸੁਣੀਆਂ, ਗੱਲਾਂ ਸੁਣੀਆਂ, ਕਿੰਨੀਆਂ ਮੁਸ਼ਕਲਾਂ ਤੁਸੀਂ ਦੇਖੀਆਂ ਸ਼ੁਰੂ 'ਚ, ਕਿੰਨਾ ਔਖਾ ਸਮਾਂ ਦੇਖਿਆ ਪਾਕਿਸਤਾਨ ਦੇ ਵਿੱਚ ਵੀ ਅਤੇ ਇੱਥੇ ਵੀ ਸ਼ੁਰੂ 'ਚ। ਪਰ ਤੁਸੀਂ ਮਿਹਨਤ ਕਰਦੇ ਰਹੇ, ਹੁਣ ਕਮਿਊਨਿਟੀ ਨੇ ਕਿੰਨੀ ਤਰੱਕੀ ਕੀਤੀ ਆ। ਮਿਸ ਸਾਗ ਦੇ ਵਿੱਚ ਇੰਨਾ ਸੁੰਦਰ ਵਧੀਆ ਮਸਜਿਦ ਬਰੈਂਪਟਨ 'ਚ ਬਣਾ ਰਹੇ ਆ, ਸਸਕੈਚੁਆਨ 'ਚ ਵੀ 2 ਨਵੇਂ ਮਸਜਿਦ ਖੁੱਲ੍ਹ ਰਹੇ ਆ। ਕਮਿਊਨਿਟੀ ਕਾਫੀ ਤਰੱਕੀ ਕਰ ਰਹੀ, ਕਾਫੀ ਮਿਹਨਤ ਕਰ ਰਹੀ। ਜਿਹੜਾ ਆਉਣ ਵਾਲਾ ਸਮਾਂ ਆ, ਬਹੁਤ ਹੀ ਵਧੀਆ ਆ ਸਾਡੇ ਨੌਜਵਾਨਾਂ ਲਈ, ਸਾਡੇ ਬੱਚਿਆਂ ਲਈ। ਪਰ ਮੈਂ ਆਪਣੇ ਵੱਲੋਂ, ਆਪਣੀ ਸਰਕਾਰ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਤੁਹਾਨੂੰ ਪਤਾ ਆ, ਜਦੋਂ ਅਸੀਂ ਨਵੀਂ ਸਰਕਾਰ ਬਣਾਈ ਸੀ ਤਕਰੀਬਨ 1 ਸਾਲ ਪਹਿਲਾਂ, ਅਸੀਂ ਵਾਅਦਾ ਕੀਤਾ ਸੀ ਕਿ ਅਸੀਂ 25,000 ਸੀਰੀਅਨ ਰੈਫਿਊਜੀ ਕੈਨੇਡਾ ਦੇ ਵਿੱਚ ਲਿਆਉਂਗੇ। ਤਾਂ ਤੁਹਾਨੂੰ ਪਤਾ ਆ ਕਿ ਹੁਣ 30,000 ਤੋਂ ਉੱਪਰ ਹੋ ਗਏ। ਪਰ ਤੁਸੀਂ ਕਾਫੀ ਸਾਥ ਦਿੱਤਾ, ਕਾਫੀ ਜਿਹੜੇ ਪਰਿਵਾਰ ਹਨ ਜਿਹੜੇ ਉੱਥੋਂ ਮੁਸ਼ਕਲ ਹਾਲਾਤਾਂ ਤੋਂ ਆਏ ਆ, ਤੁਸੀਂ ਇੱਥੇ ਉਹਨਾਂ ਨੂੰ ਆਪਣੇ ਘਰਾਂ 'ਚ ਵਾੜਿਆ, ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਕੰਮ ਲੱਭਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ, ਇਹ ਸਿਰਫ ਤੁਹਾਡੀ ਨਹੀਂ, ਇਹ ਸਾਡੀ ਮੁਲਕ ਦੀ ਕਹਾਣੀ ਹੈ, ਕੈਨੇਡਾ ਦੀ ਕਹਾਣੀ ਹੈ ਕਿ ਤੁਹਾਡਾ ਪਿਛੋਕੜ ਕੀ ਹੈ, ਤੁਸੀਂ ਕਿਹੜੀ ਬੋਲੀ ਬੋਲਦੇ ਆ, ਤੁਹਾਡਾ ਧਰਮ ਕੀ ਹੈ, ਤੁਹਾਡੇ ਵਿਚਾਰ ਕੀ ਹੈ। ਇੱਥੇ ਸਾਰੇ ਅਸੀਂ ਬਰਾਬਰ ਹੈ, ਤਾਂ ਕਰਕੇ ਸਾਨੂੰ ਇਹ ਮੁਲਕ ਇੰਨਾ ਪਿਆਰਾ ਲੱਗਦਾ ਹੈ। ਸੋ ਅਗੇਨ ਮੈਂ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਮੈਨੂੰ ਤਕਰੀਬਨ 10 ਸਾਲ ਤੋਂ ਉੱਪਰ ਹੋ ਗਏ ਇੱਥੇ ਜਲਸਾ 'ਚ ਆਏ ਨੂੰ, ਤਾਂ ਬਹੁਤ ਹੀ ਵਧੀਆ ਲੱਗਦਾ। ਇਹ ਜਿਹੜਾ ਤੁਹਾਡਾ ਮੈਸੇਜ ਆ, ਲਵ ਫੋਰ ਆਲ ਹੇਟਰਡ ਫੋਰ ਨਨ, ਇਜ਼ ਟਰੂਲੀ ਕੰਸਿਸਟੈਂਟ ਵਿਦ ਆਰ ਕੈਨੇਡੀਅਨ ਵੈਲਿਊਜ਼। ਇਟ ਇਜ਼ ਅ ਪੁਆਇੰਟ ਆਫ ਪ੍ਰਾਈਡ, ਇਜ਼ ਵਟ ਆਈ ਸੇ ਵਨ ਆਈ ਗੋ ਅਬਰਾਡ ਐਂਡ ਟਾਕ ਅਬਾਊਟ ਆਰ ਕੰਟਰੀਜ਼ ਰਿਚ ਡਾਈਵਰਸਿਟੀ। ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਫੋਰ ਦਿਸ ਓਪਰਚੁਨਿਟੀ, ਵਿਸ਼ ਯੂ ਆਲ ਦਾ ਬੈਸਟ, ਐਂਡ ਔਨ ਬਿਹਾਫ ਆਫ ਦ ਪ੍ਰਾਈਮ ਮਿਨਿਸਟਰ ਆਈ ਲਾਈਕ ਟੂ ਅਫੀਸ਼ਲੀ ਪ੍ਰੋਵਾਈਡ ਦ ਗ੍ਰੀਟਿੰਗਸ ਟੂ ਹਜ਼ੂਰ ਜੀ। ਥੈਂਕ ਯੂ ਵੈਰੀ ਮੱਚ। Thank you, Minister Baines.